दोस्तों मार्च 2021 ਵਿੱਚ ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰ ਦੀ ਪੋਸਟਾਂ ਦੀ ਘੋਸ਼ਣਾ ਦੀ ਨਿਊਜ਼ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਤੇ ਇਸ ਦਾ ਸਿਲੇਬਸ ਕੀ ਹੋਵੇਗਾ ਉੱਪਰ ਆਈ ਬਟਨ ਨੇ ਤੁਹਾਨੂੰ ਵੀਡੀਓ ਸ਼ੋ ਕਰੇ ਉਸ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਸ ਸਿਲੇਬਸ ਨੂੰ ਆਪਾਂ ਕਵਰ ਕਰਨ ਲਈ ਸਭ ਤੋਂ ਬੈਸਟ ਬੁੱਕ ਟੌਪਿਕ ਵਾਈਜ਼ ਕਿਹੜੀ ਨੇ ਉਸ ਤੋਂ ਪਹਿਲਾਂ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਵੀ ਕਰ ਲਓ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਦੋਸਤੋ ਟੌਪਿਕ ਵਾਈਜ਼ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਨਰਲ ਨੌਲੇਜ ਦੀ ਵਾਰੀ ਆਉਂਦੀ ਹੈ ਤੇ ਇਹ ਲੂਸੈਂਟ ਪਬਲੀਕੇਸ਼ਨ ਦੀ ਬੁੱਕ ਹੈ ਤੇ ਇਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਜਿੱਥੇ ਤੁਸੀਂ ਕਲਿੱਕ ਕਰਕੇ ਆਨਲਾਈਨ 2 ਮਿੰਟਾਂ ਦੇ ਅੰਦਰ ਅੰਦਰ ਇਹ ਬੁੱਕ ਨੂੰ ਪਰਚੇਜ਼ ਕਰ ਸਕਦੇ ਹੋ ਦੋਸਤੋ ਇਹ ਸਿਰਫ ਬੈਸਟ ਬੁੱਕ ਤੁਹਾਨੂੰ ਰੈਕਮੈਂਡ ਕਰ ਰਿਹਾ ਜਿਨ੍ਹਾਂ ਵਿੱਚ ਪੂਰੀ ਡਿਟੇਲ ਨਾਲ ਦਾ ਪੂਰਾ ਸਿਲੇਬਸ ਕਵਰ ਕੀਤਾ ਹੁੰਦਾ ਤਾਂ ਕਰਕੇ ਇਹ ਰੈਪਰ ਤੁਸੀਂ ਇਹਨਾਂ ਦਾ ਯਾਦ ਰੱਖੋ ਜਿਹੜੀ ਫਰੰਟ ਪੇਜ ਹੁੰਦਾ ਬੁੱਕ ਦਾ ਤਾਂ ਸੇਮ ਹੀ ਆਪਾਂ ਲੂਸੈਂਟ ਦੀ ਕੰਪਨੀ ਦੀ ਬੁੱਕ ਇਹ ਪਰਚੇਜ਼ ਕਰਨੀ ਆ ਐਂਡ ਇਸ ਤੋਂ ਬਾਅਦ ਮੈਥ ਦੀ ਗੱਲ ਕਰੀਏ ਦੋਸਤੋ ਸਭ ਨੂੰ ਪਤਾ ਅਰਸ ਅਗਰਵਾਲ ਦਾ ਮੈਥ ਸਭ ਤੋਂ ਬੈਸਟ ਮੈਥ ਹੈ ਤਾਂ ਇਸ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਊ ਉੱਥੇ ਜਾ ਕੇ ਤੁਸੀਂ 2 ਮਿੰਟ ਵਿੱਚ ਇਸ ਨੂੰ ਪਰਚੇਜ਼ ਕਰ ਸਕਦੇ ਹੋ ਐਂਡ ਬੁੱਕ ਦਾ ਰੈਪਰ ਜਿਹੜਾ ਫਰੰਟ ਪੇਜ ਹੈ ਇਹ ਧਿਆਨ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੀ ਹੀ ਰੈਪਰ ਵਾਲੀ ਬੁੱਕ ਆਪਾਂ ਪਰਚੇਜ਼ ਕਰਨੀ ਹੈ ਐਂਡ ਪੰਜਾਬ ਦੀ ਜੀਕੇ ਬਾਰੇ ਗੱਲ ਕਰੀਏ ਦੋਸਤੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਕਿ ਜੇ ਆਪਾਂ ਪੰਜਾਬ ਦਾ ਕੋਈ ਵੀ ਗੌਰਮੈਂਟ ਐਗਜ਼ਾਮ ਦੇ ਰਹੇ ਹਾਂ ਤਾਂ ਪੰਜਾਬ ਰਿਲੇਟਡ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਅਤੇ ਸਾਡਾ ਪੰਜਾਬ ਜਿਹੜੀ ਕਿ ਇਹ ਮਨੀਸ਼ ਜਿੰਦਲ ਦੁਆਰਾ ਲਿਖੀ ਗਈ ਹੈ ਅਤੇ ਇਸ ਵਿੱਚ ਕਾਫੀ ਚੰਗੀ ਤਰ੍ਹਾਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਸਾਰਾ ਸਿਲੇਬਸ ਕਵਰ ਕੀਤਾ ਹੋਇਆ ਜਿਹੜਾ ਵੀ ਜੀਕੇ ਪੰਜਾਬ ਦੇ ਵਿੱਚ ਆਉਂਦਾ ਇਸ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਉੱਥੇ ਜਾ ਕੇ ਤੁਸੀਂ ਪਰਚੇਜ਼ ਕਰ ਸਕਦੇ ਹੋ ਰੀਜ਼ਨਿੰਗ ਦੀ ਗੱਲ ਕਰੀਏ ਤਾਂ ਅੱਡਾ 247 ਪਬਲਿਸ਼ਿੰਗ ਦੀ ਬੁੱਕ ਹੈ ਇਹ ਰੈਪਰ ਧਿਆਨ ਵਿੱਚ ਰੱਖ ਲਓ ਅਤੇ ਇਹ ਵੀ ਕਾਫੀ ਚੰਗੀ ਤਰ੍ਹਾਂ ਇਹਨਾਂ ਨੇ ਕਾਫੀ ਤੁਹਾਨੂੰ ਕੋਸਟਲੀ ਵੀ ਨਹੀਂ ਪਵੇਗੀ ਇਹ ਸਸਤੀ ਪੈ ਜਾਵੇਗੀ ਬੁੱਕ ਤਾਂ ਕਰਕੇ ਤੁਹਾਨੂੰ ਇਹ ਮੈਂਸ਼ਨ ਕਰਦਾ ਮੈਂ ਕਿਉਂਕਿ ਮੈਂ ਜਿੱਥੇ ਤੱਕ ਇਹ ਰੀਡ ਕੀਤੀ ਆ ਬੁੱਕ ਨੂੰ ਅਤੇ ਕਾਫੀ ਹੱਦ ਤੱਕ ਇਹ ਸੰਤੁਸ਼ਟ ਕਰ ਦਿੰਦੀ ਆ ਬੁੱਕ ਮਤਲਬ ਕਿ ਕਾਫੀ ਆਸਾਨੀ ਜਿਹੇ ਤਰੀਕੇ ਨਾਲ ਇਹਨਾਂ ਨੇ ਜਿਹੜੇ ਪ੍ਰੋਬਲਮਸ ਨੂੰ ਸੋਲਵ ਕੀਤਾ ਹੋਇਆ ਅਤੇ ਇਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਆਲਰੇਡੀ ਪਾ ਦਿੱਤਾ ਮੈਂ ਐਂਡ ਇੱਕ ਹੋਰ ਇੰਪੋਰਟੈਂਟ ਟੋਪਿਕ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਰਿਲੇਟਡ ਵੀ ਆਪਣੇ ਹਰ ਇਗਜ਼ਾਮ ਵਿੱਚ ਇਹ ਪੁੱਛੇ ਜਾਂਦੇ ਨੇ ਤਾਂ ਇਹ ਛੋਟੀ ਜਿਹੀ ਬੁੱਕ ਆ ਦੋਸਤੋ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਅਤੇ ਇਸ ਵਿੱਚ ਕਾਫੀ ਚੰਗੀ ਤਰ੍ਹਾਂ ਇਹਨਾਂ ਨੇ ਡਿਫਾਈਨ ਕੀਤਾ ਹੋਇਆ ਜਿਹੜੀ ਵੀ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਰਿਲੇਟਡ ਕੁਐਸਚਨ ਆਉਂਦੇ ਨੇ ਅਤੇ ਕਾਫੀ ਹੱਦ ਤੱਕ ਤੁਹਾਨੂੰ ਇਹ ਬੁੱਕ ਵੀ ਸੰਤੁਸ਼ਟ ਕਰ ਦੇਗੀ ਇਸ ਲਈ ਇਸਦਾ ਲਿੰਕ ਵੀ ਮੈਂ ਆਲਰੇਡੀ ਡਿਸਕ੍ਰਿਪਸ਼ਨ ਵਿੱਚ ਪਾ ਦਿੱਤਾ ਜੇ ਤੁਸੀਂ ਪਰਚੇਜ਼ ਕਰਨਾ ਚਾਹੋ ਤਾਂ ਲਿੰਕ 'ਤੇ ਕਲਿੱਕ ਕਰਕੇ ਸਿੱਧਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਪਹੁੰਚ ਜਾਓਗੇ ਅਤੇ ਉੱਥੇ ਆਰਡਰ ਕਰ ਦੇਣੀ ਆ ਬੁੱਕ ਅਤੇ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਇਹ ਡਿਲੀਵਰ ਕਰ ਦਿੱਤੀ ਜਾਂਦੀ ਹੈ ਅਤੇ ਪੇਮੈਂਟ ਤੁਸੀਂ ਔਨਲਾਈਨ ਪੇਮੈਂਟ ਕਰ ਸਕਦੇ ਹੋ ਡੈਬਿਟ ਕਾਰਡ ਥਰੂ ਵੀ ਕਰ ਸਕਦੇ ਹੋ ਜਾਂ ਕੈਸ਼ ਔਨ ਡਿਲੀਵਰੀ ਵੀ ਤੁਸੀਂ ਕਰ ਸਕਦੇ ਹੋ ਮਤਲਬ ਤੁਹਾਡੇ ਘਰ ਜਦੋਂ ਬੁੱਕ ਆ ਜਾਵੇਗੀ ਉਦੋਂ ਤੁਸੀਂ ਉਹਨਾਂ ਨੂੰ ਪੇਮੈਂਟ ਕਰਨੀ ਹੈ ਅਤੇ ਬੁੱਕ ਆਪਣੀ ਸਟੱਡੀ ਸਟਾਰਟ ਕਰ ਦੇਣੀ ਹੈ ਹੁਣ ਕਾਫੀ ਮੇਰੇ ਵੀਰਾਂ ਦਾ ਇੱਕ ਸਵਾਲ ਕਮੈਂਟ ਵਿੱਚ ਜ਼ਰੂਰ ਆਵੇਗਾ ਕਿ ਸਰ ਇਹ ਸਭ ਬੁੱਕਸ ਜਿਹੜੀ ਆਪਾਂ ਨੂੰ ਪੰਜਾਬੀ ਭਾਸ਼ਾ ਵਿੱਚ ਨਹੀਂ ਮਿਲ ਸਕਦੀ ਤਾਂ ਉਸਦਾ ਆਨਸਰ ਇਹ ਹੈ ਦੋਸਤੋ ਤੁਹਾਨੂੰ ਇਹ ਪੰਜਾਬੀ ਭਾਸ਼ਾ ਵਿੱਚ ਵੀ ਮਿਲ ਜੂ ਬਟ ਤੁਹਾਨੂੰ ਮੈਂ ਹਿੰਦੀ ਭਾਸ਼ਾ ਵਿੱਚ ਇਸ ਲਈ ਰੈਕਮੈਂਡ ਕਰ ਰਿਹਾ ਕਿ ਤੁਸੀਂ ਕਦੇ ਮਾਰ ਨਹੀਂ ਖਾਓਗੇ ਕਿਉਂਕਿ ਜੇ ਸਿਰਫ ਆਪਣੀ ਗੱਲ ਕੀ ਹੁੰਦੀ ਆ ਆਪਾਂ ਨੌਲੇਜ ਗੇਨ ਕਰਨੀ ਹੁੰਦੀ ਆ ਆਪਣੀ ਇਨਫੋਰਮੇਸ਼ਨ ਜਿਹੜੀ ਵੀ ਹੁੰਦੀ ਆ ਐਗਜ਼ਾਮ ਰਿਲੇਟਡ ਜਿਹੜੇ ਵੀ ਟੋਪਿਕਸ ਹੁੰਦੇ ਨੇ ਆਪਾਂ ਕਲੀਅਰ ਕਰਨੇ ਹੁੰਦੇ ਨੇ ਅਤੇ ਜੇ ਹਿੰਦੀ ਵਿੱਚ ਇੱਕ ਆਪਾਂ ਕਵਰ ਕਰ ਲੈਂਦੇ ਹਾਂ ਤਾਂ ਆਲ ਸਟੇਟ ਦਾ ਕੋਈ ਵੀ ਐਗਜ਼ਾਮ ਆਪਣੇ ਲਈ ਈਜ਼ੀ ਹੋ ਜਾਂਦਾ ਉਸਨੂੰ ਕਲੀਅਰ ਕਰਨ ਲਈ ਇਸ ਲਈ ਜਿੱਥੋਂ ਤੱਕ ਮੈਨੂੰ ਪਤਾ ਮੈਂ ਆਪਣੇ ਐਗਜ਼ਾਮ ਦੀ ਤਿਆਰੀ ਜਿਹੜੀ ਹਿੰਦੀ ਜਾਂ ਇੰਗਲਿਸ਼ ਮੀਡੀਅਮ ਵਿੱਚ ਕਰਦਾ ਤਾਂ ਕਰਕੇ ਤੁਹਾਨੂੰ ਮੈਂ ਹਿੰਦੀ ਬੁੱਕਸ ਜਾਂ ਇੰਗਲਿਸ਼ ਬੁੱਕ ਹਮੇਸ਼ਾ ਰੈਕਮੈਂਡ ਕਰਦਾ ਕਿ ਇਹ ਬੁੱਕ ਇੱਕ ਵਾਰ ਜ਼ਰੂਰ ਰੀਡ ਕਰੋ ਅਤੇ ਹੁਣ ਗੱਲ ਕਰ ਲੈਂਦੇ ਆਪਾਂ ਪੰਜਾਬੀ ਲੈਂਗੁਏਜ ਦੀ ਦੋਸਤੋ ਇਹ ਸਾਰਾ ਸਿਲੇਬਸ ਤੁਹਾਨੂੰ ਇਸ ਬੁੱਕ ਵਿੱਚ ਪੰਜਾਬੀ ਵਿੱਚ ਮਿਲ ਜਾਵੇਗਾ ਇਗਜ਼ਾਮ ਵਿੱਚ ਜਿਹੜਾ ਜਿਹੜਾ ਸਿਲੇਬਸ ਆਉਂਦਾ ਹੈ ਸਾਰਾ ਸਿਲੇਬਸ ਇਸ ਵਿੱਚ ਕਵਰ ਕੀਤਾ ਹੋਇਆ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ ਦੋਸਤੋ ਅਤੇ ਇੱਕ ਪੁਆਇੰਟ ਹੋਰ ਹੈ ਇਸਦਾ ਕਿ ਇਹ ਪੰਜਾਬੀ ਲੈਂਗੁਏਜ ਵਿੱਚ ਹੈ ਕਿਉਂਕਿ ਕਾਫੀ ਮੇਰੇ ਵੀਰ ਆਪਣੇ ਪੰਜਾਬ ਦੇ ਹਿੰਦੀ ਅਤੇ ਇੰਗਲਿਸ਼ ਵਿੱਚ ਕੰਫਰਟੇਬਲ ਨਹੀਂ ਹੁੰਦੇ ਜਿਹੜੇ ਕੰਫਰਟੇਬਲ ਨਹੀਂ ਨੇ ਹਿੰਦੀ ਅਤੇ ਇੰਗਲਿਸ਼ ਭਾਸ਼ਾ ਵਿੱਚ ਉਹ ਇਹ ਬੁੱਕ ਪਰਚੇਜ਼ ਕਰਨ ਬਟ ਜਿਹੜੇ ਕੰਫਰਟੇਬਲ ਨੇ ਹਿੰਦੀ ਅਤੇ ਇੰਗਲਿਸ਼ ਵਿੱਚ ਉਹ ਜਿਹੜੀ ਮੈਂ ਅੱਗੇ ਤੁਹਾਨੂੰ ਸ਼ੋ ਕੀਤੀਆਂ ਦਿਖਾਈਆਂ ਬੁੱਕਸ ਉਹਨਾਂ ਵਿੱਚੋਂ ਹੀ ਆਪਣੀ ਸਟੱਡੀ ਨੂੰ ਜਾਰੀ ਰੱਖਣ ਦੋਸਤੋ ਇਹ ਸਵਰਨ ਦੀ ਬੁੱਕ ਹੈ ਅਤੇ ਕਾਫੀ ਚੰਗੀ ਤਰ੍ਹਾਂ ਡਿਫਾਈਨ ਕੀਤਾ ਹੋਇਆ ਤਾਂ ਠੀਕ ਬੁੱਕ ਹੈ ਇਹ ਵੀ ਜਿਹੜੇ ਪੰਜਾਬ ਲੈਵਲ ਦਾ ਐਗਜ਼ਾਮ ਆ ਰਿਹਾ ਸਬ ਇੰਸਪੈਕਟਰ ਦਾ ਮਤਲਬ ਪੂਰਾ ਹੀ ਕੁਆਲੀਫਾਈਡ ਕਰਨ ਵਾਸਤੇ ਇਹਨਾਂ ਨੇ ਇੱਕ ਬੁੱਕ ਵਿੱਚ ਹੀ ਸਾਰਾ ਮੈਂਸ਼ਨ ਕਰ ਦਿੱਤਾ ਸਿਲੇਬਸ ਅਤੇ ਇਹਨਾਂ ਸਾਰੀਆਂ ਬੁੱਕ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਉੱਥੇ ਤੁਸੀਂ ਕਲਿੱਕ ਕਰਕੇ ਔਨਲਾਈਨ ਪਰਚੇਜ਼ ਕਰ ਸਕਦੇ ਹੋ ਐਂਡ ਜੇ ਕੋਈ ਦਿੱਕਤ ਆਉਂਦੀ ਹੈ ਇਸ ਨੂੰ ਪਰਚੇਜ਼ ਕਰਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਮੈਂ ਨੈਕਸਟ ਪਾਰਟ ਇਸ ਨੂੰ ਕਿਵੇਂ ਔਨਲਾਈਨ ਤੁਸੀਂ ਖਰੀਦ ਸਕਦੇ ਹੋ ਯਾਨੀ ਘਰ ਮੰਗਵਾ ਸਕਦੇ ਹੋ ਬੁੱਕ ਪੂਰਾ ਪ੍ਰੋਸੈਸ ਤੁਹਾਨੂੰ ਸਮਝਾ ਦਿੰਦਾ ਐਂਡ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ